ਡੇਢ ਮਹੀਨਾ ਹੋ ਗਿਆ ਕਿੰਨਾ ਭਾਰ ਘਟਿਆ 19 ਕਿਲੋ ਠੀਕ ਚੱਲ ਰਿਹਾ ਤੁਹਾਡਾ ਤੇ ਬਾਕੀ ਖਾਣ ਪੀਣ ਦਾ ਸਿਸਟਮ ਕਿਆ ਵੋਮਿਟ ਤਾਂ ਨਹੀਂ ਆਉਂਦੀ ਜਮਾ ਹੀ ਨਹੀਂ ਹਜੇ ਤੱਕ ਇੱਕ ਵਾਰ ਵੀ ਨਹੀਂ ਜਿੱਦਾਂ ਹੁੰਦਾ ਅੱਛਾ ਤੇ ਖਾਂਦੇ ਕੀ ਆਦੀ ਰੋਟੀ ਖਾਦੀ ਜਾਂਦੀ ਇੱਕ ਖਾਦੀ ਜਾਂਦੀ ਇੱਕ ਆਰਾਮ ਨਾਲ ਮੱਕੀ ਦੀ ਖਾ ਲੈਣਾ ਮੱਕੀ ਦੀ ਸੌਖੀ ਲੱਗਦੀ ਬਹੁਤ ਵਧੀਆ ਅੱਛਾ ਕੋਈ ਉਹਨੂੰ ਆ ਚੀਜ਼ ਨਾ ਥੋੜੀ ਨੋਟ ਕਰਨੀ ਆ ਬਈ ਜਿਹੜੀ ਚੰਗੀ ਚੀਜ਼ ਲੱਗਦੀ ਆ ਮਾਰਨਿੰਗ ਟਾਈਮ ਵੀ ਮੱਕੀ ਦੀ ਖਾ ਲੈਣਾ ਰਾਤ ਨੂੰ ਵੀ ਦੋ ਰੋਟੀਆਂ ਖਾ ਦਹੀਂ ਤਾਂ ਦੋਨੇ ਟਾਈਮ ਹੀ ਖਾਈ ਦਹੀਂ ਦਾਲ ਹਾਂਜੀ ਲੱਸੀ ਲੱਸੀ ਦਹੀਂ ਤਾਂ ਇਹਦੀ ਕੋਈ ਲਿਮਿਟ ਨਹੀਂ ਹੈ ਰੋਟੀ ਦਾਲ ਸਬਜ਼ੀ ਇਹਨਾਂ ਤੋਂ ਬਿਨਾਂ ਆਪਣਾ ਗੁਜ਼ਾਰਾ ਨਹੀਂ ਹੈ।